indiantimesready.com ਤੁਹਾਡਾ ਸਾਰਾ ਦਾ ਫਿਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਪੀਐਮ ਜਸਟਿਨ ਟਰੂਡੋ ਨੇ ਗਵਰਨਰ ਜਨਰਲ ਜੂਲੀ ਪੇਅਰ ਦੀ ਪ੍ਰਸ਼ੰਸਾ ਕੀਤੀ ਹੈ ਕਿਉਂਕਿ ਉਹਨਾਂ ਨੇ ਆਪਣੇ ਕਨਵੈਨਸ਼ਨ ਸਪੀਚ ਵਿੱਚ ਸਾਇੰਸ ਦੇ ਲਈ ਸਟੈਂਡ ਲਿੱਤਾ ਹੈ। ਉਹਨਾਂ ਨੇ ਉਹਨਾਂ ਲੋਕਾਂ ਦੀ ਨਿੰਦਾ ਕੀਤੀ ਜੋ ਕਲਾਈਮੇਟ ਚੇਂਜ ਜਾਂ ਕ੍ਰੀਏਸ਼ਨਿਜ਼ਮ ਉੱਤੇ ਸਵਾਲ ਚੁੱਕਦੇ ਹਨ। ਬਾਅਦ ਵਿੱਚ ਟਰੂਡੋ ਨੇ ਕਿਹਾ ਹੈ ਕਿ ਉਹ ਪੇਅਰ ਦੇ ਲਈ ਗਰਵ ਮਹਿਸੂਸ ਕਰਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਸਾਇੰਸ ਦੇ ਪੈਸ਼ਨ ਨੂੰ ਲੁਕਾਇਆ ਨਹੀਂ। ਕੈਨੇਡੀਅਨ ਸਾਫਟਵੇਅਰ ਪ੍ਰੋਡਿਊਸਰਸ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਨੈਗੋਸੀਏਸ਼ਨ ਵਿੱਚ US ਦੇ ਨਾਲ ਡੀਲ ਨਹੀਂ ਹੋਈ। ਟਰੂਡੋ ਗਵਰਨਮੈਂਟ ਨੇ ਕਿਹਾ ਹੈ ਕਿ ਇਹ ਫੈਸਲਾ ਅਨਫੇਅਰ, ਅਨਵਾਰੰਟਿਡ ਅਤੇ ਬਹੁਤ ਚਿੰਤਾਜਨਕ ਹੈ ਅਤੇ ਉਹ ਕੈਨੇਡੀਅਨ ਲੰਬਰ ਇੰਡਸਟਰੀ ਦੀ ਪ੍ਰੋਟੈਕਸ਼ਨਿਸਟ ਟ੍ਰੇਡ ਮੇਜਰਸ ਦੇ ਸਾਹਮਣੇ ਰੱਖਿਆ ਕਰਦੇ ਰਹਿਣਗੇ। ਗਵਰਨਮੈਂਟ ਫੈਡਰਲ ਕੋਰਟ ਆਫ ਅਪੀਲ ਤੋਂ ਕਰ ਰਹੀ ਹੈ ਕਿ ਉਹ 2013 ਦੇ ਸੈਨੇਟ ਦੇ ਸਪੈਂਡਿੰਗ ਸਕੈਂਡਲ ਦੇ ਡਾਕੂਮੈਂਟਸ ਨੂੰ ਰਿਲੀਜ਼ ਕਰਨ ਦੇ ਆਰਡਰ ਨੂੰ ਰੱਦ ਕਰ ਦੇ। ਇਹ ਅਪੀਲ ਉਸ ਦਿਨ ਆਇਆ ਜਦ ਫੈਡਰਲ ਟ੍ਰਾਂਸਪੇਰੈਂਸੀ ਵਾਚਡੌਗ ਦੇ ਲਾਇਰਸ ਨੇ ਇਹਨਾਂ ਡਾਕੂਮੈਂਟਸ ਦੇ ਸਾਰੇ ਡਿਟੇਲਸ ਪੂਰੀ ਤਰ੍ਹਾਂ ਤੋਂ ਰਿਵੀਲ ਕਰਨ ਦੀ ਅਪੀਲ ਕੀਤੀ ਸੀ। ਕੈਨੇਡੀਅਨ ਗਵਰਨਮੈਂਟ ਨੇ ਇੱਕ ਪੇਪਰ ਪੇਸ਼ ਕੀਤਾ ਸੀ ਕਿ ਕਿਵੇਂ ਆਗਾਮੀ US ਪ੍ਰੈਸੀਡੈਂਟ ਨਾਫਟਾ ਰੀਨੈਗੋਸੀਏਸ਼ਨ ਛੇਤੀ ਵਿਸ਼ੇਸ਼ ਅਤੇ ਸਫਲ ਤਰੀਕੇ ਤੋਂ ਕਰ ਸਕਦੇ ਹਨ। ਇਹ ਪੇਪਰ ਪਿਛਲੇ ਸਾਲ ਦੇ ਐਂਡ ਵਿੱਚ ਪੇਸ਼ ਕੀਤਾ ਸੀ ਜਿਸ ਵਿੱਚ ਰੀਨੈਗੋਸੀਏਸ਼ਨ ਐਗਜ਼ੀਕਿਊਟਿਵ ਆਰਡਰ ਤੋਂ ਕਰਨ ਦਾ ਹਾਈਪੋਥੈਟੀਕਲ ਆਲਟਰਨੇਟ ਰਿਐਲਿਟੀ ਦੱਸਿਆ ਗਿਆ ਅਤੇ ਨਾ ਕਿ ਹੁਣ ਦੇ ਲੈਜਿਸਲੇਟਿਵ ਪ੍ਰੋਸੈਸ ਤੋਂ। ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਫਾਰ ਰੈਫਿਊਜੀਜ਼ ਕੈਨੇਡਾ ਆਏ ਹਨ ਤਾਂ ਕਿ ਇਸ ਨਿਰਣੇ ਦੀ ਪ੍ਰਸ਼ੰਸਾ ਕਰ ਸਕਣ ਕਿ ਉਹ ਦੇਸ਼ ਵਿੱਚ ਅਗਲੇ ਸਾਲ ਹੋਰ ਜ਼ਿਆਦਾ ਰੈਫਿਊਜੀਜ਼ ਨੂੰ ਆਉਣ ਦੇਣ। ਪਰ ਸਰਕਾਰ ਪ੍ਰਾਈਵੇਟਲੀ ਸਪੌਂਸਰ ਰੈਫਿਊਜੀਜ਼ ਦੀ ਗਿਣਤੀ ਵਧਾਉਣ ਵਾਲੀ ਹੈ ਅਤੇ UN ਦੀ ਗਿਣਤੀ ਆਉਂਦੀ ਹੀ ਰਹੇਗੀ। ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਨੂੰ ਸੁਝਾਵ ਦੇਣ ਦੇ ਲਈ ਇੱਕ ਐਕਸਪਰਟ ਟਾਸਕ ਫੋਰਸ ਨਿਯੁਕਤ ਕੀਤਾ ਗਿਆ ਹੈ ਕਿ ਕਿਵੇਂ ਉਹ ਮੈਡੀਕਲ ਪ੍ਰੀਮੀਅਮਸ 4 ਸਾਲ ਦੇ ਅੰਦਰ ਖਤਮ ਕਰ ਸਕਣ। ਫਾਈਨੈਂਸ ਮਿਨਿਸਟਰ ਕੈਰਲ ਜੇਮਸ ਨੇ ਕਿਹਾ ਹੈ ਕਿ ਇਸ ਪੈਨਲ ਦੇ ਐਕਸਪਰਟਾਈਜ਼ ਇਹ ਵੀ ਧਿਆਨ ਦੇਣਗੇ ਕਿ ਸਰਕਾਰ ਜੋ ਰਸਤਾ ਲੈ ਰਹੀ ਹੈ ਉਹ ਫਿਜ਼ੀਕਲੀ ਰਿਸਪੋਂਸੀਬਲ, ਫੇਅਰ ਅਤੇ ਐਵੀਡੈਂਸ ਦੇ ਆਧਾਰ ਉੱਤੇ ਹੈ। ਓਨਟੇਰੀਓ ਨੇ ਆਪਣੇ ਪਾਲਿਸਿੰਗ ਲਾਅ ਕੁਝ ਚੇਂਜਸ ਕੀਤੇ ਹਨ ਜਿਸ ਵਿੱਚ ਓਵਰਸਾਈਟ ਸਟਰੈਂਥਨਿੰਗ ਆਫੀਸਰਸ ਨੂੰ ਬਿਨਾਂ ਪੇ ਦਿੱਤੇ ਸਸਪੈਂਡ ਕਰਨਾ ਅਤੇ ਪੁਲਿਸ ਡਿਊਟੀਜ਼ ਨੂੰ ਰੀਡਿਫਾਈਨ ਕਰਨਾ ਸ਼ਾਮਿਲ ਹੈ। ਇਹ ਨਵੇਂ ਰੂਲਸ ਪ੍ਰੋਵਿੰਸ ਦੇ ਪੁਲਿਸ ਸਰਵਿਸਿਜ਼ ਐਕਟ ਵਿੱਚ ਪਿਛਲੇ 25 ਸਾਲਾਂ ਵਿੱਚ ਪਹਿਲੇ ਚੇਂਜਸ ਹਨ। ਲਿਬਰਲ ਗਵਰਨਮੈਂਟ ਐਕਸੈਸ ਟੂ ਇਨਫੋਰਮੇਸ਼ਨ ਬਿੱਲ ਵਿੱਚ ਉਹ ਚੇਂਜਸ ਕਰਨ ਦੇ ਲਈ ਤਿਆਰ ਹਨ ਜਿਸ ਦੇ ਤਹਿਤ ਫੈਡਰਲ ਏਜੰਸੀਜ਼ ਵੈਲਿਡ ਐਕਸੈਸ ਰਿਕੁਐਸਟ ਦਾ ਜਵਾਬ ਦੇਣ ਤੋਂ ਇਨਕਾਰ ਕਰ ਸਕਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਇਨਫੋਰਮੇਸ਼ਨ ਕਮਿਸ਼ਨਰ, ਮਿਨਿਸਟਰਸ ਆਫਿਸ ਅਤੇ ਦੂਜੇ ਇੰਸਟੀਟਿਊਸ਼ਨ ਜੋ ਆਪਣਾ ਰਿਕਾਰਡਸ ਪ੍ਰੋਐਕਟਿਵਲੀ ਰਿਲੀਜ਼ ਕਰਦੇ ਹਨ ਉਹਨਾਂ ਦੇ ਨਵੇਂ ਰਿਕੁਆਇਰਮੈਂਟਸ ਦੇ ਲਈ ਵਾਚਡੌਗ ਬਣਨ। ਉਹਨਾਂ ਵਾਲੰਟੀਅਰਸ ਦੀ ਟੀਮ ਜਿਨ੍ਹਾਂ ਨੇ ਨਵੇਂ ਨੈਸ਼ਨਲ ਹੋਲੋਕੌਸਟ ਮੋਨੂਮੈਂਟ ਦੇ ਲਈ ਅੱਧਾ ਫੰਡ ਇਕੱਠਾ ਕੀਤਾ ਸੀ ਇਹ ਉਮੀਦ ਲਗਾ ਰਹੇ ਹਨ ਕਿ ਇਹ ਸਾਈਟ ਠੰਡ ਵਿੱਚ ਖੁੱਲ੍ਹੀ ਰਹੇਗੀ। ਸਵਾਲ ਚੁੱਕੇ ਜਾ ਰਹੇ ਹਨ ਕਿ ਇੱਕ ਮੋਨੂਮੈਂਟ ਜਿਸ ਨੂੰ ਵਿਜ਼ਿਟਰਸ ਦੇ ਚੱਲਣ ਲਈ ਬਣਾਇਆ ਗਿਆ ਹੈ ਉਹ ਬਰਫ਼ ਨੂੰ ਦਿਮਾਗ ਵਿੱਚ ਰੱਖ ਕੇ ਕਿਉਂ ਨਹੀਂ ਬਣਾਇਆ ਗਿਆ। ਇੱਕ ਕੰਪਨੀ ਜਿਹਨੂੰ ਉੱਤੇ ਆਰੋਪ ਹੈ ਕਿ ਉਹਨਾਂ ਨੇ ਬਾਫ ਨੈਸ਼ਨਲ ਪਾਰਕ ਦੇ ਇੱਕ ਮਸ਼ਹੂਰ ਸਕਾਈ ਰਿਜ਼ੋਰਟ ਤੋਂ ਕੁਝ ਇੰਡੇਂਜਰ ਟ੍ਰੀਜ਼ ਕੱਟੇ ਹਨ, ਟ੍ਰਾਇਲ ਤੋਂ ਬਚਣ ਦਾ ਆਪਣਾ ਬਿੱਡ ਹਾਰ ਚੁੱਕੇ ਹਨ। ਕੋਰਟ ਨੇ ਕਿਹਾ ਹੈ ਕਿ ਡਿਫੈਂਸ ਦੇ ਕੋਲ ਕਾਫੀ ਐਵੀਡੈਂਸ ਹਨ ਜਿਸ ਵਿੱਚ ਕੱਟੇ ਹੋਏ ਟ੍ਰੀਜ਼ ਦੇ ਸਪੀਸੀਜ਼ ਉੱਤੇ ਇੱਕ ਐਕਸਪਰਟ ਓਪੀਨੀਅਨ ਰਿਪੋਰਟ ਵੀ ਹੈ। ਇਸੇ ਦੇ ਨਾਲ ਸਾਰਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਕੈਨੇਡੀਅਨ ਬਿਜ਼ਨੈਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਹੋਵੇ।